ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਮੀਤ ਅਤੇ ਦੈਨਿਕ ਸੂਰਿਆ ਦੇਖ ਰਹੇ ਤਮਾਮ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਸੰਧੂਆਂ ਦਾ ਮੁੰਡਾ ਅਤੇ ਗੁਲਾਬੀ ਕੁਈਨ, ਮੈਨੂੰ ਪਤਾ ਹੈ ਕਿ ਬਹੁਤ ਗੱਲਾਂ ਇਹਨਾਂ ਦੀਆਂ ਹੁੰਦੀਆਂ ਨੇ ਕਿਉਂਕਿ ਦੋਨੋਂ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ। ਕਈ ਵਾਰ ਬ੍ਰੇਕਅਪ ਦੇ ਕਰਕੇ, ਕਈ ਵਾਰ ਪੈਚਅਪ ਦੇ ਕਰਕੇ, ਕਈ ਵਾਰ ਜੋ ਸੋਸ਼ਲ ਮੀਡੀਆ 'ਤੇ ਵੀਡੀਓਜ਼ ਵਾਇਰਲ ਹੁੰਦੀਆਂ ਨੇ ਉਹਨਾਂ ਦੇ ਕਰਕੇ। ਹਾਲ ਹੀ ਦੇ ਵਿੱਚ ਆਪਣੇ ਲਾਈਵ ਸ਼ੋਅ 'ਚ ਜੈਸਮੀਨ ਅਤੇ ਗੈਰੀ ਦੁਬਾਰਾ ਤੋਂ ਇਕੱਠੇ ਨਜ਼ਰ ਆਏ ਅਤੇ ਜੈਸਮੀਨ ਨੇ ਕਿਹਾ ਗੈਰੀ ਸੰਧੂ ਨੂੰ ਕਿ ਮੈਂ ਤੈਨੂੰ ਪਹਿਲਾਂ ਵਾਂਗ ਤਾਂ ਪਿਆਰ ਨਹੀਂ ਕਰਦੀ, ਪਰ ਪਿਆਰ ਹਮੇਸ਼ਾ ਬਰਕਰਾਰ ਰਹੂਗਾ। ਉੱਥੇ ਹੀ ਸੰਧੂਆਂ ਦੇ ਮੁੰਡੇ ਗੈਰੀ ਸੰਧੂ ਨੇ ਸੰਧੂਆਂ ਦੀ ਤਾਰੀਫ ਵੀ ਕੀਤੀ, ਭਗਤ ਸਿੰਘ ਦਾ ਵੀ ਜ਼ਿਕਰ ਕੀਤਾ ਅਤੇ ਨਾਲ ਹੀ ਕਿਹਾ ਜੈਸਮੀਨ ਨੂੰ ਕਿ ਤੂੰ ਕਿਹੜੇ ਖੇਤ ਦੀ ਮੂਲੀ ਆ। ਸੋ ਦੇਖੋ ਦੈਨਿਕ ਸਵੇਰਾ ਟੀਵੀ ਦੀ ਇਹ ਖਾਸ ਰਿਪੋਰਟ। ਆਪਣੇ ਰਿਸ਼ਤੇ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਜੋੜੀ ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਅੱਜ ਕੱਲ੍ਹ ਫਿਰ ਤੋਂ ਚਰਚਾ 'ਚ ਨੇ। ਜੈਸਮੀਨ ਸੈਂਡਲਸ ਨੇ ਆਪਣੇ ਇੱਕ ਲਾਈਵ ਸ਼ੋਅ ਦੇ ਦੌਰਾਨ ਗੈਰੀ ਸੰਧੂ ਨੂੰ ਕਿਹਾ ਕਿ ਪਹਿਲਾਂ ਵਾਂਗੂ ਤਾਂ ਨਹੀਂ, ਪਰ ਮੈਂ ਤੈਨੂੰ ਅਜੇ ਵੀ ਬਹੁਤ ਪਿਆਰ ਕਰਦੀ ਹਾਂ। ਤੇ ਉੱਥੇ ਗੈਰੀ ਸੰਧੂ ਨੇ ਕਿਹਾ ਕਿ ਤੂੰ ਕਿਹੜੇ ਖੇਤ ਦੀ ਮੂਲੀ ਹੈ। ਤੁਸੀਂ ਵੀ ਦੇਖੋ ਗੈਰੀ ਤੇ ਜੈਸਮੀਨ ਦੀ ਇਹ ਵੀਡੀਓ। ਫਿਲਹਾਲ ਇਹਨਾਂ ਦੋਹਾਂ ਦੇ ਰਿਸ਼ਤੇ ਬਾਰੇ ਤੁਹਾਡੇ ਕੀ ਵਿਚਾਰ ਨੇ? ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦੇ ਵਿੱਚ ਕੁਝ ਅਸਲੀਅਤ ਹੈ ਜਾਂ ਬਸ ਆਡੀਅੰਸ ਦੇ ਵਾਸਤੇ ਹੀ ਅਜਿਹਾ ਐਂਟਰਟੇਨ ਕਰਨ ਦੇ ਲਈ ਕਰਦੇ ਨੇ? ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ।